ਝਾੜੂ ਲਾਉਣ ਨਾਲ ਕੀ ਹੋ ਜਾਊਗਾ ਫਿਰ? ਇਹਦੇ ਨਾਲ ਤਾਂ ਕੁਛ ਵੀ ਨਹੀਂ ਹੁੰਦਾ। ਹੁਣ ਤੂੰ ਦੱਸੇਂਗੀ ਮੈਨੂੰ ਹੁੰਦਾ ਹੈ ਕਿ ਨਹੀਂ ਹੁੰਦਾ? ਕੁੜੇ ਸਿੰਮੀ, ਆ ਚੰਗੀ ਤਰ੍ਹਾਂ ਸੁੰਬਰ ਤਾਂ, ਤੈਨੂੰ ਸੁੰਬਰਨਾ ਨਹੀਂ ਆਉਂਦਾ? ਅੱਧਾ ਕੂੜਾ ਤਾਂ ਤੂੰ ਪਿੱਛੇ ਛੱਡੀ ਜਾਂਦੀ ਹੈ। ਤੈਨੂੰ ਵੀ ਦੇਖ ਲੈ ਕਿਵੇਂ ਪੁੱਤ ਪੁੱਤ ਕਰਦੀ ਸੀ, ਨਾ ਤੂੰ ਇਸ ਘਰ ਨੂੰ ਜਵਾਕ ਦੇਣ ਵਾਲੀ ਹੈ ਨਾ ਇਸ ਲਈ ਸਿਰਫ। ਹੁਣ ਖਾਣ ਦੋ ਮਾਂ ਪੁੱਤ ਨੂੰ ਰੋਟੀ, ਹੁਣ ਲੱਗੂ ਪਤਾ। ਜੇ ਨਹੀਂ ਬਣਾਉਂਦੀ ਨਾ, ਆਪਣਾ ਬੋਰੀ ਬਿਸਤਰਾ ਚੱਕ, ਕੱਪੜੇ ਪਾ, ਚੱਲ ਤੈਨੂੰ ਪੇਕੇ ਛੱਡ ਕੇ ਆਵਾਂ, ਹੈਂ? ਉੱਥੇ ਆਪਣੀ ਮਾਂ ਨੂੰ ਖਵਾਈ ਜਾ ਕੇ ਨਾਣ। ਲਾ ਪ੍ਰੀਤ, ਤੂੰ ਕੀ ਕਰੀ ਜਾਂਦੀ ਆ? ਡਾਕਟਰ ਨੇ ਪਤਾ ਨਹੀਂ ਤੈਨੂੰ ਕੀ ਕਿਹਾ ਆ, ਹੁਣ ਧਿਆਨ ਨਾਲ ਰਹਿਣਾ ਆ, ਹੁਣ ਇਹੋ ਜਿਹੇ ਕੰਮ ਨਹੀਂ ਕਰਨੇ ਹੈਗੇ। ਛੱਡ ਇਹਨੂੰ, ਮੈਂ ਤੇਰੇ ਵਾਸਤੇ ਫਰੂਟਸ ਲੈ ਕੇ ਆਇਆ ਸੀ, ਉਹ ਖਾ, ਚੱਲ। ਝਾੜੂ ਲਾਉਣ ਨਾਲ ਕੀ ਹੋ ਜਾਊਗਾ ਫਿਰ? ਇਹਦੇ ਨਾਲ ਤਾਂ ਕੁਛ ਵੀ ਨਹੀਂ ਹੁੰਦਾ। ਹੁਣ ਤੂੰ ਦੱਸੇਂਗੀ ਮੈਨੂੰ ਹੁੰਦਾ ਹੈ ਕਿ ਨਹੀਂ ਹੁੰਦਾ, ਹੈ? ਬਹੁਤੀ ਸਿਆਣੀ ਨਾ ਬਣ, ਛੱਡ ਇਹਨੂੰ, ਚੱਲ। ਪਰ ਸਾਰੇ ਘਰ ਦੀ ਸਫਾਈ ਕਰਨ ਵਾਲੀ ਪਈ ਹੈ, ਨਾਲੇ ਝਾੜੂ ਲਾਉਣ ਵਾਲਾ ਪਿਆ, ਕੌਣ ਲਾਊਗਾ? ਉਹ ਸਿੰਮੀ ਲਾ ਲੂਗੀ ਝਾੜੂ, ਤੂੰ ਕਿਉਂ ਟੈਨਸ਼ਨ ਲਈ ਆ? ਚੱਲ ਤੂੰ ਮੇਰੀ ਗੱਲ ਮੰਨ, ਚੱਲ ਚੱਲ। ਦੇਖ ਲਾ ਪ੍ਰੀਤ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ। ਆਪਾਂ ਨੂੰ ਇਹ ਖੁਸ਼ੀਆਂ ਦਾ ਦਿਨ ਮਸਾਂ ਆਇਆ ਆ, ਅਤੇ ਇਸ ਦਿਨ ਦਾ ਤੈਨੂੰ ਵੀ ਪਤਾ ਮੈਨੂੰ ਕਿੰਨਾ ਇੰਤਜ਼ਾਰ ਸੀਗਾ, ਅਤੇ ਮੈਂ ਹੁਣ ਇਸ ਮਾਮਲੇ 'ਚ ਕੋਈ ਰਿਸਕ ਨਹੀਂ ਲੈਣਾ ਹੈਗਾ। ਅਤੇ ਇੱਕ ਗੱਲ ਹੋਰ ਕਹਿਣੀ ਸੀਗੀ ਮੈਂ ਤੈਨੂੰ, ਅੱਜ ਤੱਕ ਉੱਦਾਂ ਦਾ ਮੈਂ ਤੇਰਾ ਖਿਆਲ ਰੱਖਿਆ ਨਹੀਂ ਹੈਗਾ, ਹੁਣ ਬੱਚੇ ਦੇ ਬਾਹਰ ਨਹੀਂ ਸਹੀ, ਪਰ ਮੈਂ ਤੇਰਾ ਖਿਆਲ ਰੱਖਣਾ ਚਾਹੁੰਦਾ ਹਾਂ। ਪਹਿਲਾਂ ਤਾਂ ਤੁਸੀਂ ਉੱਪਰ ਬੈਠੋ। ਕਿਉਂ ਨਹੀਂ ਤੁਸੀਂ ਮੇਰਾ ਖਿਆਲ ਰੱਖਿਆ? ਬਹੁਤ ਖਿਆਲ ਰੱਖਿਆ ਤੁਸੀਂ ਮੇਰਾ, ਹਰ ਮੋੜ 'ਤੇ ਤੁਸੀਂ ਮੇਰੇ ਨਾਲ ਖੜੇ ਹੋ। ਜੇ ਵਾਹਿਗੁਰੂ ਨੇ ਆਪਾਂ ਨੂੰ ਖੁਸ਼ੀਆਂ ਦਿੱਤੀਆਂ ਨੇ ਨਾ, ਤਾਂ ਆਪਣਾ ਵੀ ਹੱਕ ਬਣਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਮਨਾਈਏ ਇਹਨਾਂ ਖੁਸ਼ੀਆਂ ਨੂੰ। ਨਾਲੇ ਤੁਸੀਂ ਕੀ, ਹੁਣ ਤਾਂ ਮੈਂ ਵੀ ਆਪਣਾ ਫੁੱਲ ਧਿਆਨ ਰੱਖੂੰਗੀ। ਹਾਂ, ਇਹ ਬਣੀ ਆ ਨਾ ਗੱਲ। ਹੱਦ ਹੋ ਗਈ। ਉਹ ਸਿੰਮੀ, ਹਜੇ ਹੋਰ ਕਿੰਨਾ ਕੁ ਸੋਏਂਗੀ? 9 ਵੱਜ ਗਏ, ਉੱਠ, ਚੱਲ, ਦਿਨ ਚੜਿਆ ਪਿਆ। ਮੈਂ ਨਹੀਂ ਜੀ ਉੱਠਣਾ, ਸੌਣ ਦੋ। ਉਹ ਉੱਠ ਜਾ ਬਾਈ, ਝਾੜੂ ਲਾਣਾ ਆ, ਸਾਰੇ ਘਰ ਦੇ ਕੰਮ ਪਏ ਨੇ ਕਰਨ, ਤੋਂ ਪੋਚਾ ਵੀ ਲਾਣਾ ਆ, ਚੱਲ ਉੱਠ। ਨਾਲੇ ਲਵਪ੍ਰੀਤ ਨੂੰ ਹੁਣ ਆਪਾਂ ਨੇ ਕੋਈ ਤਕਲੀਫ ਨਹੀਂ ਦੇਣੀ, ਲਵਪ੍ਰੀਤ ਵਾਲੇ ਕੰਮ ਹੁਣ ਤੇਰਾ ਸਾਂਭਣ ਦਾ ਟਾਈਮ ਆ ਗਿਆ, ਠੀਕ ਆ ਨਾ? ਸਾਰੇ ਕੰਮ ਸਾਂਭ ਲਾ ਹੁਣ ਤੂੰ। ਕੋਈ ਨਾ ਜੀ, ਤੁਸੀਂ ਚਿੰਤਾ ਨਾ ਕਰੋ, ਮੈਂ ਘਰ ਦੇ ਸਾਰੇ ਕੰਮ ਕਰਦਿਆ ਕਰੂੰਗੀ। ਪਰ ਆ ਭੈਣ ਨੇ ਨਾ ਮੈਨੂੰ ਪੁੱਠੀਆਂ ਜਿਹੀਆਂ ਆਦਤਾਂ ਪਾਈਆਂ ਹੋਈਆਂ ਨੇ। ਪਹਿਲਾਂ ਤਾਂ ਮੈਂ ਜਦੋਂ ਪੇਕੇ ਘਰੇ ਹੁੰਦੀ ਸੀ ਤਾਂ ਤੜਕੇ ਉੱਠ ਜਾਂਦੀ ਹੁੰਦੀ ਸੀ, ਤਾਂ ਘਰ ਦੇ ਸਾਰੇ ਕੰਮ ਵੀ ਕਰ ਦਿੰਦੀ ਹੁੰਦੀ ਸੀ। ਪਰ ਜਦ ਹੀ ਇਸ ਘਰ ਦੇ ਵਿੱਚ ਆਈ ਹਾਂ, ਭੈਣ ਨੇ ਮੈਨੂੰ ਕਿਸੇ ਕੰਮ ਨੂੰ ਹੱਥ ਹੀ ਨਹੀਂ ਲਾਣ ਦਿੱਤਾ, ਸਾਰੀ ਰੁਟੀਨ ਵਿਗੜੀ ਪਈ। ਐਡੀ ਛੇਤੀ ਟਾਈਮ ਟੇਬਲ ਥੋੜ੍ਹੀ ਸੈੱਟ ਹੋਊ? ਉਹ ਟਾਈਮ ਟੇਬਲ ਤਾਂ ਤੇਰਾ ਮੈਂ ਸੈੱਟ ਕਰ ਦੂੰਗਾ, ਕਿਉਂ ਟੈਨਸ਼ਨ ਲਈ ਆ ਤੈਨੂੰ? ਸਵੇਰ ਨੂੰ 5 ਵਜੇ ਖਾ ਲਿਆ ਕਰੂੰਗਾ ਮੈਂ, ਤੂੰ ਸਭ ਤੋਂ ਪਹਿਲਾਂ ਜਾ ਕੇ ਧਰਾਂ ਦਾ ਕੰਮ ਨਿਬੇੜ ਲਿਆ ਕਰੀ, ਫਿਰ ਗੁਰੂ ਘਰੇ ਜਾ ਆਇਆ ਕਰੀ, ਫਿਰ ਸਵੇਰ ਦਾ ਰੋਟੀ ਟੁੱਕ ਦਾ ਦੇਖ ਲਿਆ ਕਰੀ, ਫਿਰ ਆਪਣਾ ਕੱਪੜੇ ਕੁੱਪੜੇ ਧੋ ਲਿਆ ਕਰੀ, ਫਿਰ ਝਾੜੂ ਪੋਚੇ ਦਾ ਦੇਖ ਲਿਆ ਕਰੀ, ਠੀਕ ਆ? ਹਾਏ ਹਾਏ, ਇੰਨੇ ਕੰਮ! ਦੇਖ ਲਾ, ਲਵਪ੍ਰੀਤ ਨੇ ਆਪਾਂ ਨੂੰ ਅੱਜ ਤੱਕ ਕਦੇ ਪਤਾ ਵੀ ਨਹੀਂ ਲੱਗਣ ਦਿੱਤਾ, ਇੰਨੇ ਕੰਮ ਕਰਦੀ ਸੀ ਉਹ ਵੀ ਉੱਠ ਕੇ, ਨਾਲੇ ਉੱਤੋਂ ਮੇਰਾ ਖਿਆਲ ਰੱਖਦੀ ਸੀ, ਤੇਰਾ ਖਿਆਲ ਰੱਖਦੀ ਸੀ, ਮੰਮੀ ਦਾ ਖਿਆਲ ਰੱਖਦੀ ਸੀ, ਫਿਰ ਮੈਨੂੰ ਕੱਪੜੇ ਪ੍ਰੈਸ ਕਰਕੇ ਦੇਣੇ, ਤੇਰਾ ਖਿਆਲ ਰੱਖਣਾ। ਹੁਣ ਤੂੰ ਮੇਰੀ ਗੱਲ ਸੁਣ ਲਾ, ਆਪਾਂ ਨੇ ਉਹਨੂੰ ਸੁੱਖ ਦੇਣਾ ਆ, ਉਹਨੂੰ ਸੁੱਖ ਦੇਣ ਦਾ ਟਾਈਮ ਆ ਗਿਆ, ਤੂੰ ਉਹਦਾ ਖਿਆਲ ਰੱਖਣਾ ਆ, ਮੈਂ ਵੀ ਉਹਦਾ ਖਿਆਲ ਰੱਖੂੰਗਾ, ਅਤੇ ਬਸ ਸਾਰੇ ਕੰਮ ਹੁਣ ਤੈਂ ਸਾਂਭਣੇ ਨੇ, ਤੂੰ ਹਾਲੀ ਨਿਕਲ ਜਾ। ਕੋਈ ਨਾ ਜੀ, ਦੇਖਦੇ ਅਸੀਂ, ਚਲੋ। ਹਾਂ, ਚਲਾ ਜਾ। ਕੁੜੇ ਸਿੰਮੀ, ਆ ਚੰਗੀ ਤਰ੍ਹਾਂ ਸੁੰਬਰ ਤਾਂ, ਤੈਨੂੰ ਸੁੰਬਰਨਾ ਨਹੀਂ ਆਉਂਦਾ? ਅੱਧਾ ਕੂੜਾ ਤਾਂ ਤੂੰ ਪਿੱਛੇ ਛੱਡੀ ਜਾਂਦੀ ਹੈ। ਕੁੜੇ ਲਵਪ੍ਰੀਤ, ਲਵਪ੍ਰੀਤ ਉਰਾ ਪੁੱਤ, ਇੱਥੇ ਲੈ। ਹਾਂਜੀ ਮੰਮੀ, ਬੁਲਾਇਆ ਤੁਸੀਂ? ਹਾਂ, ਬੈਠ ਇੱਥੇ, ਮੈਂ ਤੇਰੇ ਵਾਸਤੇ ਕਾਲਾ ਧਾਗਾ ਲਿਆਈ ਹਾਂ ਬਾਬੇ ਕੋਲੋਂ, ਵੀ ਤੈਨੂੰ ਪੁੱਤ ਨਜ਼ਰ ਨਾ ਲੱਗ ਜਾਏ ਕਿਤੇ। ਓਹੋ ਮੰਮੀ, ਸਵੇਰੇ ਸਵੇਰੇ ਕਿਹੜੇ ਕੰਮਾਂ 'ਚ ਪੈ ਗਏ ਤੁਸੀਂ? ਲੈ ਦੱਸ, ਇਹ ਕਿਹੜੇ ਕੰਮਾਂ 'ਚੋਂ ਕੰਮ ਹੈ? ਮੈਂ ਕੀ ਕੰਮ ਜਾਣਦੀ ਨਹੀਂ, ਇੱਧਰ ਕਰ ਸੱਜਾ ਪੈਰ, ਮੈਂ ਤੇਰੇ ਧਾਗਾ ਬੰਨਦਾ, ਨਜ਼ਰ ਨਾ ਲੱਗ ਜਾਏ ਮੇਰੀ ਨੂੰਹ ਨੂੰ। ਲੈ, ਹੈ ਮੇਰਾ ਪੁੱਤ, ਦੇਖ ਕਿੱਦਾਂ ਰੰਗ ਬਦਲੇ ਮੰਮੀ ਨੇ। ਪਹਿਲੇ ਤਾਂ ਕਦੀ ਇਹਨੇ ਭੈਣ ਨੂੰ ਪਾਣੀ ਦਾ ਗਲਾਸ ਨਹੀਂ ਪੁੱਛਿਆ ਹੋਣਾ, ਹੁਣ ਦੇਖ ਕਿਵੇਂ ਚਲੱਤਰ ਕਰਦੀ ਹੈ। ਕੁੜੇ, ਸਾਡੇ ਸਿਰ 'ਚ ਪਾਉਣਾ ਕੂੜਾ, ਸਾਰੀ ਮਿੱਟੀ ਮੂੰਹ 'ਤੇ ਆਉਂਦੀ ਹੈ ਡੰਗਰ ਦਿਮਾਗ ਦੀ। ਮੰਮੀ ਜੀ ਕਿਵੇਂ ਬੋਲੀ ਜਾਂਦੇ ਹੋ, ਮੈਂ ਕਿਹੜਾ ਜਾਣ ਕੇ ਕੀਤਾ? ਮੰਮੀ, ਸਿੰਮੀ ਨੇ ਕਿਹੜਾ ਕਦੇ ਕੰਮ ਕੀਤਾ ਵਿਚਾਰੀ ਨੇ? ਸਿੰਮੀ ਤੂੰ ਛੱਡ ਦੇ, ਮੈਂ ਆਪੇ ਝਾੜੂ ਲਾ ਲੂੰਗੀ। ਲੈ, ਕਿਉਂ ਛੱਡ ਦੇ, ਬਥੇਰਾ ਕੰਮ ਕਰ ਲਿਆ ਪੁੱਤ, ਹੁਣ ਤੂੰ। ਕੋਈ ਗੱਲ ਨਹੀਂ, ਇਹ ਆਪੇ ਕੰਮ ਕਰ ਲੂਗੀ ਸਾਰਾ, ਬੇਲੀ ਭਾਲਦੀ ਹੈ ਫੁੱਲ ਕੇ।
हाँ जी दोस्तों, किवें हो, कैम हो, कैवें होने चाहिए हो, सीरीज़ कि लग रही है मैं कॉमेंट्स जरूर दस्यो। तो एपीसोड अजे मुक्या नहीं बाकी आ, पर उस तो पहला मैं थोड़ा एक गेम के बारे दसना सगा जिसका नाम आ एविएटर, जिस तुम गेम खेड के पैसे अर्न कर सकते हो। इस खेडना भी बहुत आसान आ, जितना भी बहुत आसान आ। इंडिया की मोस्ट पॉपुलर गेम आ, तुसी इस दूजे प्लेयर्स नू भी देख सकते हो जिहड़े हरेक एक मिनट के इस रियल मनी जित रहे हैं। इस 500 तो भी ज़्यादा इंट्रस्टिंग कसीनो गेम्स ने, 1x बैट ग्लोबल आ 50 प्लस कंट्रीज़ के, सोच के देखो किन्ने लोग खेडते होंगे इसनों। इंडिया के भी इसनों चुनिया गया रियल मनी अर्न करने वास्ते। सो इंतजार किस गल दा है, अपने स्मार्टफोन के 1x बैट नू डाउनलोड करो या फिर मेरे दिते गए लिंक ते जाके रजिस्टर करो ते मेरा प्रोमो कोड यूज़ करो हायर बोनस पाण दे लई। लिंक कॉमेंट दे विच पिन कीता होया। की होया तेनू, एवें मूँह फैला रखा तू? छोटी छोटी गल ते ना मम्मी की गल का गुस्सा ना करया कर, उन्हां दा सुभाअ एवें ही आ, थोड़ा जिहा रुखा। भैणे इन्हां गल्लां ते तां गुस्सा आउंदा ही है, ना किद्दां बोलदे सी मैनू जिवें मैनू झाड़ू नहीं मारना आउंदा। ते तेनू भी देख ले किवें पुत पुत करदी सी, ना तू इस घर नू जवाक देण वाली है ना इस लई सिर्फ, कि देख ले किन्ना कु पुछदी सी तेनू, किन्ना कु करदी सी तेरा। ना तेरी गोली मारी है कोई, सुभाअ सुभाअ दी गल हुंदी आ, जदों सुभाअ हैगा ही एवें दा फिर आपां की कर सकदे आ। भैने इन्ना भी किसी मतलब ही नहीं होना चाहिए जिन्ना बनते ने। तू ना इन्ना बोलिया ना कर, जो भी कहते ने चुप करके सुन लिया कर, एवं बोलती रहनी है सारा दिन। आ देख ला लप्रीत किवें बोलती है, इहदे दिल च किन्ना जहर भरिया होया मेरे लिए, ना की मतलब ही है मैं। हाँ हैगी ओह मतलब ही। हे लप्रीत हटदी इह चड़ैल बोलणों, दस मैनू की मतलब ही है। ਤੈਨੂੰ ਗੱਲ ਕਰਨ ਦਾ ਪਤਾ ਨਹੀਂ, ਮੈਂ ਵੱਡਿਆਂ ਨਾਲ ਗੱਲ ਕਿਵੇਂ ਕਰੀਦੀ ਆ, ਕੀ ਮਤਲਬ ਹੀ ਆ ਮੈਂ। ਰਹਿਣ ਦੋ ਮੰਮੀ ਜੀ ਰਹਿਣ ਦੋ, ਮੇਰਾ ਨਾ ਮੂੰਹ ਨਾ ਖਲਵਾਇਓ। ਹੁਣ ਪੁੱਛ ਲੈ ਇਹਨੂੰ ਮੈਂ ਕੀ ਮਤਲਬ ਕੱਢਿਆ ਇਹਦੇ ਤੋਂ, ਬੋਲ ਬੋਲਦੀ ਕਿਉਂ ਨਹੀਂ। ਲਾਲਚ ਤੁਹਾਨੂੰ, ਸਿਰਫ ਲਾਲਚ ਸੀ, ਜ਼ਮੀਨ ਦਾ ਲਾਲਚ ਮੈਨੂੰ ਇਸੇ ਲਈ ਸੱਚ ਵਿਆਹ ਕੇ ਲਿਆਇਆ। ਹਾਏ ਮੈਂ ਮਰ ਜਾਵਾਂ, ਦੇਖ ਲੈ ਨਹੀਂ ਮੇਰੇ ਕੋਲ ਤਾਂ ਮੇਰੇ ਪੁੱਤ ਕੋਲ ਪਹਿਲੇ 10 ਕਿੱਲੇ ਜ਼ਮੀਨ ਦੇ ਸੀ, ਮੈਂ ਤੇਰੇ 2 ਕਿੱਲਿਆਂ ਤੋਂ ਕੀ ਲੈਣਾ ਸੀ। ਪਤਾ ਮੈਨੂੰ, ਸਭ ਪਤਾ ਮੈਨੂੰ। ਕੀ ਮਤਲਬ ਆ ਦੱਸ ਸਾਨੂੰ। ਉਹ ਕੀ ਗੱਲ ਪਾਇਆ ਤੁਹਾਡੇ, ਸਾਰੇ ਪਿੰਡ 'ਚ ਜਲੂਸ ਕੱਢ ਰੱਖਿਆ ਤੁਹਾਨੇ, ਕਿਉਂ ਲੜ ਰਹੇ ਹੋ? ਆ ਪੁੱਤ ਦੇਖ ਲੈ ਕਿਵੇਂ ਅਵਾਤਾਵਾ ਬੋਲਦੀ ਹੈ, ਮੈਂ ਤੇ ਲਵਪ੍ਰੀਤ ਪਹਿਲਾਂ ਬਾਹਰ ਮੰਜੇ ਤੇ ਬੈਠੀਆਂ, ਸਾਡੇ ਸਿਰ 'ਚ ਕੂੜਾ ਪਾਤਾ, ਹੁਣ ਮੇਰੇ ਬਾਰੇ ਅਵਾਤਾਵਾ ਬੋਲਦੀ ਹੈ, ਕਹਿੰਦੀ ਤੁਸੀਂ ਤਾਂ ਮੈਨੂੰ ਤਾਂ ਵਿਆਹ ਕੇ ਲਿਆਂਦਾ, ਅਖੇ ਤੁਹਾਨੂੰ ਜ਼ਮੀਨ ਦਾ ਲਾਲਚ ਸੀ। ਪੁੱਛ ਪਤੇ ਇਹਨੂੰ, ਸਾਨੂੰ ਕਾਹਦਾ ਲਾਲਚ ਸੀ। ਕੀ ਗੱਲ ਆ ਸਿੰਮੀ? ਨਾ ਮੈਂ ਚੰਗਾ ਭਲਾ ਸਿੰਬਰਦੀ ਸੀ, ਮੰਮੀ ਅੱਗੋਂ ਆ ਕੇ ਕਹਿੰਦੇ ਅਖੇ ਤੈਨੂੰ ਕੋਈ ਕੰਮ ਨਹੀਂ ਕਰਨਾ ਆਉਂਦਾ, ਨਾਲੇ ਮੈਨੂੰ ਕਹਿੰਦੇ ਡੰਗਰ ਦਿਮਾਗ, ਐਵੇਂ ਹਵਾ ਤਵਾ ਬੋਲਦੇ ਸੀ ਮੈਨੂੰ। ਆ ਫਿਰ ਜ਼ਮੀਨ ਵਾਲੀ ਗੱਲ ਕਿੱਥੋਂ ਆ ਗਈ ਵਿੱਚ? ਮੰਨਦਾ ਪਹਿਲਾਂ ਮੇਰੀ ਸੋਚ ਕੁਛ ਹੋਰ ਸੀ, ਪਰ ਹੁਣ ਮੈਨੂੰ ਤੁਹਾਡੀ ਜ਼ਮੀਨ ਦਾ ਕੋਈ ਲਾਲਚ ਨਹੀਂ ਹੈਗਾ, ਮੈਂ ਕੀ ਕਰਨੀ ਹੈ ਤੁਹਾਡੀ ਜ਼ਮੀਨ? ਅਤੇ ਰਹੀ ਗੱਲ ਮਤਲਬ ਦੀ, ਇੱਥੇ ਸਭ ਨੂੰ ਪਤਾ ਕੀ ਮਤਲਬ ਆ ਸਾਨੂੰ। ਆਹੋ ਜਵਾਕ ਲਈ ਵਿਆਹ ਕੇ ਲਿਆਂਦਾ ਸੀ ਨਾ ਮੈਨੂੰ ਇਸ ਘਰ ਦੇ ਵਿੱਚ, ਹੁਣ ਤਾਂ ਤੁਹਾਨੂੰ ਦੋਵਾਂ ਨੂੰ ਜਵਾਕ ਮਿਲ ਗਿਆ, ਹੁਣ ਤੁਹਾਨੂੰ ਮੇਰੇ ਤੋਂ ਕਾਹਦਾ ਮਤਲਬ? ਲਵਪ੍ਰੀਤ ਨੂੰ ਸਮਝਾ, ਚੱਲ ਮਾਂ ਤੂੰ ਅੰਦਰ ਚੱਲ। ਕੀ ਹੋਇਆ ਤੈਨੂੰ, ਐਵੇਂ ਫਾਲਤੂ ਬੋਲਦੀ ਰਹਿੰਦੀ ਆ, ਅੱਜ ਨਾ ਨਾ ਤੂੰ ਆਪਦੀ ਲਿਮਿਟ ਕ੍ਰੋਸ ਹੀ ਕਰ ਗਈ, ਚੰਗੀ ਗੱਲ ਨਹੀਂ ਹੈਗੀ ਤੇਰੇ ਵਾਸਤੇ ਇਹ। ਨਾ ਭੈਣੇ ਮੈਂ ਕੀ ਗਲਤ ਬੋਲੀ, ਮੈਂ ਕਿਹੜਾ ਕੋਈ ਝੂਠ ਬੋਲਿਆ, ਸੱਚ ਹੀ ਬੋਲਿਆ, ਤੇ ਸੱਚ ਸੁਣੇ ਨਾ ਮਿਰਚਾਂ ਲੜਦੀਆਂ ਹੀ ਆ। ਤੂੰ ਨਾ ਸੱਚ ਵੀ ਨਾ ਬੋਲਿਆ ਕਰ, ਚੁੱਪ ਕਰ ਜਾ ਬਸ, ਚੱਲ ਅੰਦਰ। ਹੁਣ ਖਾਣ ਦੋ ਮਾਂ ਪੁੱਤ ਨੂੰ ਰੋਟੀ, ਹੁਣ ਲੱਗੂ ਪਤਾ। ਸਬਜ਼ੀ ਬਣਾਈ ਆ, ਸੁਦਾ ਹੀ ਲੂਣ ਪਾ ਕੇ ਰੱਖਤਾ, ਆ ਦੇਖ ਲਾ ਜੱਗੀ ਉਹੀ ਜ਼ਹਿਰ ਦੇ ਦੇ ਸਾਨੂੰ। ਪਰ ਲੂਣ ਤਾਂ ਬਿਲਕੁਲ ਠੀਕ ਆ, ਸਬਜ਼ੀ ਤਾਂ ਕਿੰਨੀ ਸਵਾਦ ਆ। ਕਿੱਥੇ ਠੀਕ ਆ, ਜ਼ਹਿਰ ਬਣਾ ਰੱਖੀ ਆ ਇੰਨੀ ਕੌੜੀ ਸਬਜ਼ੀ, ਮੂੰਹ ਖਰਾਬ ਕਰਕੇ ਰੱਖਦਾ ਸਾਰਾ। ਤੈਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ? ਨਾ ਮੈਨੂੰ ਨਹੀਂ ਆਉਂਦਾ ਕੋਈ ਕੰਮ ਕੁੰਮ ਕਰਨਾ, ਆਪੇ ਦੇਖ ਲਓ ਆਪਣਾ, ਮੈਂ ਨਹੀਂ ਕਰਦੀ ਕੋਈ ਕੰਮ ਕੁੰਮ। ਨਾ ਖੁਸ਼ ਹੋ ਕੇ ਤੂੰ ਕੰਮ ਵੀ ਕਰ ਲਿਆ ਕਰ, ਤੈਨੂੰ ਪਤਾ ਨਹੀਂ ਕੰਮ ਕਿਵੇਂ ਕਰੀਦਾ। ਮੇਰੀ ਗੱਲ ਸੁਣ ਲਾ, ਕੰਮ ਤਾਂ ਤੈਨੂੰ ਕਰਨਾ ਹੀ ਪਊਗਾ, ਐਂ ਨਾ ਸੋਚ, ਜੇ ਤੂੰ ਗਲਤ ਕੰਮ ਕਰੇਂਗੀ ਅਸੀਂ ਤੈਨੂੰ ਕਹਿ ਦਾਂਗੇ ਜਾਂ ਬਹਿ ਜਾ ਅੰਦਰ ਜਾ ਕੇ,
ਚਾਹੇ ਰੋ ਕੇ ਕਰ ਲਾ ਜਾਂ ਖੁਸ਼ ਹੋ ਕੇ ਕਰ ਲਾ, ਕੰਮ ਤੈਨੂੰ ਇਹ ਕਰਨਾ ਪੈਣਾ ਆ। ਆਹ ਲਵਪ੍ਰੀਤ ਨੂੰ ਦੇਖ ਲਾ, ਜੇ 4 ਘੰਟੇ ਨਹੀਂ ਹੋਏ ਕੰਮ ਛੱਡੇ ਨੂੰ, ਤੇਰਾ ਹਾਲਤ ਦੇਖ ਲਾ ਕੀ ਹੋ ਗਈ ਮਿੰਟਾਂ 'ਚ। ਮੈਂ ਨਹੀਂ ਬਣਾਉਂਦੀ। ਜੇ ਨਹੀਂ ਬਣਾਉਂਦੀ ਨਾ, ਆਪਣਾ ਬੋਰੀ ਬਿਸਤਰਾ ਚੱਕ, ਕੱਪੜੇ ਪਾ, ਚੱਲ ਤੈਨੂੰ ਪੇਕੇ ਛੱਡ ਕੇ ਆਵਾਂ। ਹੈ ਉੱਥੇ ਆਪਣੀ ਮਾਂ ਨੂੰ ਖਵਾਈ ਜਾ ਕੇ ਨਾਣ। ਠੀਕ ਹੈ, ਹੋ ਜਾਂਦੀ ਤਿਆਰ। ਵੈਸੇ ਵੀ ਇੱਥੇ ਕੌਣ ਹੀ ਰਹਿਣਾ ਚਾਹੁੰਦਾ, ਹੁਣੇ ਛੱਡ ਕੇ ਆਓ ਮੈਨੂੰ ਪੇਕੇ। ਪੇਕਿਆਂ ਦੇ ਨਾਂ 'ਤੇ ਤਾਂ ਝਟ ਕੱਪੜੇ ਬਦਲੂਗੀ। ਆਹ ਦੇਖ ਲੈ ਕਿਵੇਂ ਤੇਵਰ ਦਿਖਾਉਂਦੀ ਹੈ, ਉਹੀ ਸਾਨੂੰ ਜ਼ਹਿਰ ਪਾ ਦੇ। ਕੋਈ ਲੋੜ ਨਹੀਂ ਹੈਗੀ ਪਿੰਡ ਜਾਣ ਦੀ, ਐਵੇਂ ਮੰਮੀ ਦੇ ਦਿਮਾਗ 'ਤੇ ਟੈਨਸ਼ਨ ਪਾਏਂਗੀ ਤੂੰ, ਮਾੜੀ ਜਿਹੀ ਗੱਲ 'ਤੇ ਮੂੰਹ ਫੜਾ ਕੇ ਬਹਿ ਜਾਂਦੀ ਆ। ਤੁਸੀਂ ਨਾ ਘਬਰਾਓ ਨਾ, ਕੋਈ ਗੱਲ ਨਹੀਂ, ਮੈਂ ਇਹਨੂੰ ਸਮਝਾਉਂਦੀ ਹਾਂ। ਨਾ ਤਾਂ ਬੋਲਣ ਦੀ ਅਕਲ ਆ, ਨਾ ਕੰਮ ਕਰਨ ਦੀ ਅਕਲ ਆ, ਚਾਂਬਲੀ ਪਈ ਆ ਜ਼ਿਆਦੇ ਥੋੜ੍ਹੀ। ਤੁਸੀਂ ਨਾ ਘਬਰਾਓ ਨਾ, ਮੈਂ ਇਹਨੂੰ ਸਮਝਾਉਂਦੀ ਹਾਂ। ਲੈ ਸਵਾ ਸਮਝਾਏਗੀ, ਤੂੰ ਪਹਿਲਾਂ ਕਿਹਾ ਸੀ ਸਮਝਾ ਦੇ, ਤੂੰ ਪਹਿਲਾਂ ਨਹੀਂ ਸਮਝਾਈਗੀ। ਐਡਾ ਲੂਣ ਪਾਤਾ ਵਿੱਚ, ਕਹਿੰਦੀ ਹੋਣੀ ਬੁੜੀ ਦਾ ਬਲੱਡ ਪ੍ਰੈਸ਼ਰ ਵੱਧ ਜਵੇ, ਬੁੜੀ ਤਾਂ ਜਾਂਦੀ ਲੱਗੇ ਇਸ ਦੁਨੀਆ ਤੋਂ। ਤਾਈ ਕੀ ਹੋ ਗਿਆ? ਮੈਨੂੰ ਪਾਣੀ ਦੇ। ਉੱਤਰ ਤਾਂ ਬਹੁਤ ਬੁਖਾਰ ਚੜ ਰਿਹਾ ਤਾਈ। ਲੱਗਦਾ ਪੁੱਤ। ਮੈਂ ਲਿਆਇਆ ਪਾਣੀ, ਬੈਠ ਲੈ, ਫੜ ਪਾਣੀ ਪੀ, ਉੱਠ ਪੀ ਲੈ, ਪੀ ਲੈ। ਕੁੜੇ ਲਵਪ੍ਰੀਤ, ਆ ਦੇਖ ਲੈ ਛੋਟੀ ਨੇ ਕੀ ਚੰਦ ਚਾੜਿਆ। ਸਾਡੀ ਦਾਲ ਸਬਜ਼ੀ ਵਿੱਚ ਲੂਣ ਮਿਰਚ ਕਿੰਨੀ ਵੱਧ ਪਾਤੀ ਨਾ, ਜੇ ਵੱਧ ਲੂਣ ਖਾ ਕੇ ਮੇਰਾ ਬੀਪੀ ਵੱਧ ਜਾਂਦਾ, ਮੈਂ ਮਰ ਜਾਂਦੀ, ਕੌਣ ਜ਼ਿੰਮੇਵਾਰ ਸੀ? ਪੁੱਤ, ਆ ਤੂੰ ਵੀ ਹੈ ਨਾ, ਇਹਦੇ 'ਤੇ ਬਹੁਤਾ ਭਰੋਸਾ ਨਾ ਕਰਿਆ ਕਰ। ਭੈਣਾਂ ਭੈਣਾਂ ਦੀਆਂ ਬੈਰੀਆਂ ਬੈਰਨਾ ਬਣ ਜਾਂਦੀਆਂ ਆ, ਠੀਕ ਹੈ ਨਾ? ਕੋਈ ਇਹਦੇ ਚੀਜ਼ ਨਾ ਹੱਥੋਂ ਲੈ ਕੇ ਖਾਈ। ਕੋਈ ਗੱਲ ਨਹੀਂ ਮੰਮੀ ਜੀ, ਨਿਆਣੀ ਮੱਤ ਦੀ ਆ, ਪਰ ਇਹਦੇ ਨਹੀਂ ਹੈਗੀ, ਉਹ ਵੀ ਮੈਨੂੰ ਕੁਛ ਪਾ ਕੇ ਦੇ ਦੂਗੀ। ਲੈ, ਪਾ ਕੇ ਨਾ ਦੇ ਦੂਗੀ। ਲੈ ਭੈਣੇ, ਦੁੱਧ ਪੀ ਲਾ। ਖੜ ਜਾ, ਨਾ ਪੀ, ਇਹਨੇ ਦੁੱਧ 'ਚ ਕੁਛ ਜ਼ਰੂਰ ਪਾਇਆ ਹੋਇਆ ਹੈ। ਮੈਂ ਕਿਹੜਾ ਪਾਉਣ ਨੂੰ ਜ਼ਹਿਰ ਪਾਤਾ ਵਿੱਚ? ਹਾਂ ਪਾ ਸਕਦੀ ਹਾਂ, ਜਿਹੜਾ ਮੇਰੇ ਦਾਲ ਸਬਜ਼ੀ 'ਚ ਲੂਣ ਮਿਰਚ ਵੱਧ ਪਾ ਸਕਦੀ ਹਾਂ, ਇਹਦੇ ਵਿੱਚ ਨਹੀਂ ਜ਼ਹਿਰ ਪਾ ਸਕਦੀ। ਮੰਮੀ ਜੀ ਕੀ ਬੋਲੀ ਜਾਂਦੇ ਹੋ, ਤੁਸੀਂ ਮੈਨੂੰ ਇੰਨਾ ਥੱਲੇ ਡਿੱਗਿਆ ਹੋਇਆ ਸਮਝ ਲਿਆ? ਅੱਛਾ, ਜੇ ਤੂੰ ਦੁੱਧ ਵਿੱਚ ਜ਼ਹਿਰ ਨਹੀਂ ਪਾਇਆ ਤਾਂ ਪੀ ਕੇ ਦਿਖਾ ਆਪ। ਪੀ ਕੀ ਗੱਲ ਹੋ ਗਈ? ਆਹ ਦੇਖ ਲੈ ਪੁੱਤ, ਆਹ ਦੁੱਧ 'ਚ ਕੁਛ ਪਾ ਕੇ ਦੇਤਾ ਲਵਪ੍ਰੀਤ ਨੂੰ ਇਹਨੇ, ਤੇ ਮੈਨੂੰ ਲੱਗਦਾ ਇਹਦੇ ਨਾਲ ਲਵਪ੍ਰੀਤ ਦੀ ਸਿਹਤ ਖਰਾਬ ਹੋ ਜਾਊਗੀ। ਮੈਂ ਕੁਛ ਵੀ ਨਹੀਂ ਪਾਇਆ। ਆਹੋ ਜੀ ਐਡੀ ਗੱਲ ਆ, ਤੂੰ ਭਰ ਲੈ ਘੁੱਟ। ਤੂੰ ਨਾ ਘੁੱਟ ਭਰ ਕੇ ਦਿਖਾ ਦੇ, ਸਾਰਿਆਂ ਦਾ ਵਹਿਮ ਦੂਰ ਹੋ ਜਾਊਗਾ। ਹੱਦ ਹੋ ਗਈ ਯਾਰ। ਠੀਕ ਆ, ਘੁੱਟ ਤਾਂ ਮੈਂ ਭਰ ਲੂੰ, ਪਰ ਜੇਕਰ ਇਹਦੇ ਵਿੱਚੋਂ ਕੁਛ ਨਾ ਨਿਕਲਿਆ ਨਾ, ਤਾਂ ਕੱਲ ਤੋਂ ਸਾਰਾ ਕੰਮ ਕਰਦਾ ਮੰਮੀ ਜੀ ਸਾਂਭਣਗੇ। ਹਾਂ ਹਾਂ, ਘਰ ਦੇ ਕੰਮ ਮੈਂ ਕਰ ਲੂੰਗੀ, ਮੈਨੂੰ ਕੀ ਕਰਨੇ ਨਹੀਂ ਆਉਂਦੇ ਨਾ। ਤੜਕੇ 4 ਵਜੇ ਤੋਂ ਉੱਠ ਕੇ ਆਥਣ ਤੱਕ ਮੈਂ ਹੀ ਕੰਮ ਕਰਦੀ ਸੀ ਜਦੋਂ ਤੁਸੀਂ ਦੋਨੇ ਨਹੀਂ ਸੀ ਆਈਆਂ ਇਸ ਘਰ ਵਿੱਚ। ਮੈਂ ਤਾਂ ਚਟਕੀਆਂ ਨਾਲ ਕੰਮ ਕਰ ਲੈਣੀ, ਚਟਕੀਆਂ ਨਾਲ ਤੁਰੀ ਤੁਰੀ ਜਾਂਦੀ। ਤੂੰ ਪੀ ਗਈ, ਪੀ ਖੜ, ਪੀ ਕੇ ਦਿਖਾ ਦੇ ਸਾਰੇ। ਨਾਲੇ ਤੇਰੇ ਵਾਲੇ ਚਲਿੱਤਰ ਨਹੀਂ ਕਰਦੀ ਹੈਗੀ ਮੰਮੀ। ਪੀ ਪੀ ਦੇਖ ਲਓ ਸਾਰੇ। ਹਾਂ ਵੇਖ ਲਓ, ਲੈ ਦੱਸ ਆ ਪੀ ਗਈ ਸਾਰਾ ਦੁੱਧ ਨਾ, ਹੁਣ ਮੇਰੇ ਜੋਗਾ ਰਿਹਾ ਕੁਛ ਵੀ ਨਹੀਂ ਹੋਇਆ ਉਹਨੂੰ ਤਾਂ। ਦੱਸ ਕੀ ਹੋ ਗਿਆ ਹੁਣ? ਦੇਖ ਲਓ ਦੇਖ ਲਓ ਦੇਖ ਲਓ ਸਿੰਮੀ, ਸਿੰਮੀ ਉੱਠ, ਕੀ ਹੋਇਆ ਤੈਨੂੰ? ਆ ਦੇਖੋ ਜੀ ਸਿੰਮੀ ਨੂੰ ਕੀ ਹੋ ਗਿਆ। ਸਿੰਮੀ, ਆ ਦੇਖੋ ਜੀ ਸਿੰਮੀ ਨੂੰ ਕੀ ਹੋਇਆ। ਸਿੰਮੀ, ਓਏ ਹੋਏ ਹੋਏ, ਮੰਮੀ ਜੀ ਸ਼ਾਮਤ ਆ ਗਈ। ਸਿੰਮੀ ਤੇਰਾ ਦਿਮਾਗ ਤਾਂ ਸੈੱਟ, ਤੂੰ ਡਰਾਈ ਦਿੱਤਾ ਸੀ ਮੈਨੂੰ। ਖੜੋ 2 ਮਿੰਟ। ਇਹ ਕੀ ਡਰਾਮੇ ਕਰਦੀ ਹੈ ਜੱਗੀ? ਉਹਨੇ ਦੁੱਧ 'ਚ ਕੁਛ ਨਹੀਂ ਸੀ ਪਾਇਆ, ਹੁਣ ਸਾਰਾ ਕੰਮ ਤੁਹਾਨੂੰ ਹੀ ਕਰਨਾ ਪੈਣਾ, ਨਾ ਮੈਨੂੰ ਦੁੱਧ ਪੀਣ ਦਿੱਤਾ। ਆ ਦੇਖ ਲਓ ਧਿਆਨ ਨਾਲ, ਜਿਹੜਾ ਤੁਸੀਂ ਪ੍ਰੋਟੀਨ ਦਾ ਡੱਬਾ ਲੈ ਕੇ ਆਏ ਸੀ ਨਾ, ਇਹਦੇ 'ਚ 1 ਚਮਚਾ ਪਾ ਕੇ ਦਿੱਤਾ ਸੀ ਮੈਂ ਦੁੱਧ 'ਚ ਭੈਣ ਨੂੰ, ਔਰ ਤੁਸੀਂ ਕਹਿੰਦੇ ਹੋ ਕਿ ਮੈਂ ਕੁਛ ਪਾ ਕੇ ਦਿੱਤਾ। ਡਾਕਟਰ ਦੇ ਕਹੇ ਅਨੁਸਾਰ ਹੀ ਕਰ ਰਹੀ ਸੀ ਮੈਂ। ਕਿਹਾ ਸੀ ਨਾ ਐਵੇਂ ਆਪਣੇ ਕੋਲ ਬਣਾ ਲੈਂਦੇ ਹੋ ਜ਼ਹਿਰ ਜ਼ਹਿਰ। ਮੰਮੀ ਉਹ ਟੈਨਸ਼ਨ ਲੈ ਗਈ ਹੋਈ। ਪਹਿਲਾਂ ਤਾਂ ਮੈਨੂੰ ਕੋਈ ਟੈਨਸ਼ਨ ਦੀਦੀ ਨਹੀਂ ਸੀ ਚਿਹਰੇ 'ਤੇ, ਪਰ ਹੁਣ ਮੱਥੇ ਉੱਤੇ ਟੈਨਸ਼ਨ ਸਾਫ਼ ਸਾਫ਼ ਦੀਦੀ ਆ, ਉਹ ਵੀ ਕੰਮ ਦੀ।
ਕਰ ਲੂਗੀ ਮੰਮੀ, ਮੰਮੀ ਕੀ ਕੰਮ ਨਹੀਂ ਜਾਣਦੀ ਹੈਗੀ। ਤੂੰ ਜਾ, ਕਰ ਲੂੰਗੀ, ਕਰੀ ਜਾ ਹੁਣ ਕੰਮ, ਨਾਲੇ ਇੰਨਾ ਵੀ ਨਾ ਸੋਚਿਆ ਕਰੋ, ਬਾਹਲਾ ਜ਼ਿਆਦਾ ਸੋਚਦੇ ਹੋ ਤੁਸੀਂ ਦੋਵੇਂ ਜਾਣੇ। ਮਸੀ ਦਾ ਪੋਤੇ ਦਾ ਮੂੰਹ ਦੇਖਣਾ, ਹਵੀ ਨਾ ਵੀ ਹੋ ਜਾਂਦੀ, ਆ ਛੋਟੀ ਦਾ ਤੈਨੂੰ ਪਤਾ ਨਹੀਂ ਗਿਰਿਆ ਪਿਆ ਹੁੰਦਾ ਵੀ ਆਪਣੀ ਭੈਣ ਨੂੰ ਕੁਛ ਪਾ ਕੇ ਦੇ ਦੇਵੇ ਵਿੱਚ, ਠੀਕ ਆ ਨਾ। ਹੁਣ ਕੰਮ ਦਾ ਮਾੜਾ ਜਿਹਾ ਕਹਿ ਦੇਈ ਉਹਨਾਂ ਨੂੰ, ਮੇਰੇ ਤੋਂ ਕੰਮ ਨਹੀਂ ਹੋਣਾ। ਹਾਂ, ਹੋਰ ਹੁਣ ਤੂੰ ਮੇਰੇ ਤੇ ਛੱਡ ਦੇ ਗੱਲ, ਮੈਂ ਉਹਨਾਂ ਦੇ ਪੈਰੀ ਹੱਥ ਲਾਵਾਂ, ਹੁਣ ਵੀ ਕੰਮ ਕਰਿਓ। ਹੋਰ ਮੈਂ ਲਾਵਾਂ ਪੈਰੀ ਹੱਥ ਉਹਨਾਂ ਦੇ? ਬਖਸ਼ ਦੇ। ਹਾਏ ਰੱਬਾ, ਮੈਂ ਕੰਮ ਕਿਵੇਂ ਕਰੂੰਗੀ, ਮੇਰੇ ਤਾਂ ਨਾ ਗੋਡੇ ਚੱਲਣ, ਨਾ ਗਿੱਟੇ, ਨਾ ਗੁੱਟ। ਉਹ ਚੱਲ ਛੱਡ ਤੂੰ ਹੁਣ ਇਹ ਗੱਲਾਂ ਨੂੰ, ਕੱਲ ਮੰਮੀ ਨੇ ਉਂ ਝੱਲ ਮਾਰਤੀ, ਮੈਨੂੰ ਤਾਂ ਤੇਰੇ ਤੇ ਪੂਰਾ ਭਰੋਸਾ ਆ। ਜਾਣਦੀ ਹਾਂ ਮੈਂ ਚੰਗੀ ਤਰ੍ਹਾਂ ਤੁਹਾਨੂੰ, ਕਿੰਨਾ ਕੁ ਤੁਹਾਨੂੰ ਮੇਰੇ ਤੇ ਭਰੋਸਾ ਸੀ, ਕਿੱਦਾਂ ਕੱਲ ਡੇਲੇ ਕੱਢ ਕੱਢ ਕੇ ਮੈਨੂੰ ਵੇਖੀ ਜਾਂਦੇ ਸੀ, ਨਾਲੇ ਤੁਸੀਂ ਕਿਹੜਾ ਕਿਹਾ ਨਹੀਂ ਜਾ ਕੇ ਭਰ ਲੈ ਕੁੱਟੀ। ਉਹ ਚੱਲ ਹੁਣ ਤੂੰ ਛੱਡ ਵੀ ਦੇ ਨਾ ਗੱਲਾਂ ਨੂੰ, ਚੱਲ ਅੱਜ ਆਪਾਂ ਫਿਲਮ ਦੇਖਣ ਚੱਲਦੇ ਹਾਂ। ਅੱਜ ਮੈਂ ਨਹੀਂ ਜਾਣਾ ਕਿਤੇ ਫਿਲਮ ਫੁਲਮ ਵੇਖਣ, ਵੱਡੀ ਨੂੰ ਲੈ ਜਾਓ। ਓਏ ਉਹ ਤਾਂ ਚਲੀ ਹੋ ਜਾਊਗੀ, ਮੈਂ ਤੇਰੀ ਗੱਲ ਕਰਦਾ ਆ, ਤੂੰ ਚੱਲ ਮੇਰੇ ਨਾਲ। ਮੇਰੇ ਮੱਥੇ ਨਾ ਲੱਗੋ, ਮੈਂ ਕਹਿਤਾ ਇੱਕ ਵਾਰੀ, ਚੱਲ ਜਾਓ ਹੁਣੇ। ਕੀ ਬੋਲੇ ਬੋਲੇ ਕੀ? ਮੈਂ ਕੁਛ ਨਹੀਂ ਬੋਲਿਆ, ਠੀਕ ਆ ਨਾ। ਜਾਓ, ਮੈਂ ਬੋਲੇ ਜਾਓ ਇੱਥੋਂ। ਠੀਕ ਆ ਫਿਰ, ਮੈਂ ਲਵਪ੍ਰੀਤ ਨੂੰ ਲੈ ਜਾਂਦਾ। ਲਵਪ੍ਰੀਤ? ਹਾਂਜੀ। ਲਵਪ੍ਰੀਤ ਕੀ ਕਰਦੀਆਂ ਤੂੰ? ਕੁਛ ਨਹੀਂ ਬਸ, ਮੈਂ ਤਾਂ ਨਾ ਕੇ ਆਉਂਦੀ ਸੀਗੀ। ਚੱਲ ਫਿਰ ਨਾ ਲਾ, ਤੈਨੂੰ ਫਿਲਮ ਦਿਖਾ ਕੇ ਲੈ ਕੇ ਆਉਂਦਾ ਮੈਂ। ਲੈ ਦੱਸ ਮੈਂ ਕੀ ਕਰੂੰਗੀ ਉੱਥੇ, ਤੁਸੀਂ ਸਿੰਮੀ ਨੂੰ ਲੈ ਜਾਓ। ਉਹ ਸਿੰਮੀ ਤਾਂ ਦੇਖਦੀ ਹੋ ਰਹਿੰਦੀ ਆ ਫਿਲਮਾਂ, ਤੂੰ ਵੀ ਘਰ ਚੋਂ ਬਾਹਰ ਨਿਕਲ ਜਾ, ਥੋੜ੍ਹਾ ਕੁਛ ਦੇਖ ਲਾ ਬਾਹਰ ਦੀ ਦੁਨੀਆਦਾਰੀ ਵੀ। ਓਕੇ ਬਾਬਾ, ਹੁੰਨੀ ਆ ਮੈਂ ਤਿਆਰ, ਤੁਸੀਂ ਵੀ ਹੋ ਜਾਓ। ਹਾਂ ਬਣੀ ਨਾ ਗੱਲ, ਮੈਂ ਵੀ ਚੱਲਾਂਗੀ। ਜਦ ਤੈਨੂੰ ਕਹਿੰਦਾ ਸੀ ਉਹ ਤਾਂ ਮੰਨਦੀ ਨਹੀਂ ਸੀ, ਹੁਣ ਮੈਂ ਵੀ ਚੱਲਾਂਗੀ। ਭੈਣੇ ਦੇਖ ਲੈ ਇਹਨਾਂ ਦੇ ਹਾਲ। ਕੋਈ ਨਾ, ਆਪਾਂ ਇਕੱਠੇ ਹੀ ਚੱਲਦੇ ਆ। ਚੁੱਪ। ਹੈਲੋ, ਹੈ ਮੰਮੀ? ਹਾਂਜੀ, ਦੇਖਿਆ ਸੀਗਾ ਪਿਛਲਾ ਲਾਈਵ, ਜਦੋਂ ਸੰਡੇ ਨੂੰ ਲਾਈਵ ਹੋਏ ਸੀਗੇ, ਉਹ ਲਾਈਵ ਤੁਸੀਂ ਦੇਖਿਆ ਸੀਗਾ। ਜੇ ਨਹੀਂ ਦੇਖਿਆ ਸੀਗਾ ਤਾਂ ਵੀਡੀਓ ਲਾਈਵ ਵਾਲੀ ਹਜੇ ਵੀ ਪੋਸਟ ਆਪਣੇ ਚੈਨਲ ਦੇ ਉੱਤੇ, ਉਹਨੂੰ ਦੇਖ ਲਿਓ। ਅਤੇ ਅਗਲਾ ਲਾਈਵ ਆਪਾਂ ਸੰਡੇ ਨੂੰ ਲੈ ਕੇ ਆ ਰਹੇ ਹਾਂ, ਸ਼ਾਮ ਨੂੰ 6 ਵਜੇ ਜਾਂ 6:30 ਵਜੇ ਤੁਸੀਂ ਲਾਈਵ ਨੂੰ ਜ਼ਰੂਰ ਜੁਆਇਨ ਕਰਿਆ ਕਰੋ, ਕਿਉਂਕਿ ਅਸੀਂ ਲਾਈਵ ਦੇ ਵਿੱਚ ਡਰਾਮਾ ਜਾਂ ਲਾਈਵ ਦੇ ਵਿੱਚ ਕੋਈ ਹੋਰ ਕੁਇਜ਼ ਜਾਂ ਕੋਈ ਹੋਰ ਫਨੀ ਐਕਟੀਵਿਟੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਜ਼ਰੂਰ ਲਾਈਵ ਦੇ ਵਿੱਚ ਜੁੜਿਆ ਕਰੋ, ਕਿਉਂਕਿ ਤੁਸੀਂ ਸਾਡਾ ਪਰਿਵਾਰ ਹੋ, ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਹੁੰਦੇ ਹਾਂ, ਅਤੇ ਤੁਹਾਡੇ ਕਰਕੇ ਆਪਾਂ ਇੱਥੇ ਤੱਕ ਪਹੁੰਚੇ ਹੁਣ ਤੱਕ, ਤੁਹਾਡੇ ਕਰਕੇ ਹੀ ਆਪਾਂ ਨੇ ਅੱਗੇ ਜਾਣਾ ਹੈ। ਸੋ ਸਾਰੇ ਜਣੇ ਪਿਆਰ ਬਣਾਈ ਰੱਖੋ, ਇਸ ਵੀਡੀਓ ਦੇ ਉੱਤੇ ਵੀ ਕਮੈਂਟਸ ਕਰਕੇ ਜਾਇਓ, ਲਾਈਕ ਕਰਕੇ ਜਾਇਓ, ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਤੁਸੀਂ ਉਹ ਕਰ ਲਿਓ। ਸੋ ਪਿਆਰ ਬਣਾਈ ਰੱਖੋ, ਮਿਲਦੇ ਹਾਂ ਤੁਹਾਨੂੰ ਲਾਈਵ ਦੇ ਵਿੱਚ ਸ਼ਾਮ ਨੂੰ 6 ਵਜੇ ਜਾਂ 6:30 ਵਜੇ। ਸੋ ਲਾਈਵ ਜੁਆਇਨ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ।